ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇਹ ਸੁਖਬੀਰ ਨੂੰ ਬਣਾਉਣ ਵਾਲੇ ਅਸੀਂ ਆ, ਇਹ ਕੌਣ ਆ ਸਾਨੂੰ ਪਾਰਟੀ ਚੋਂ ਕੱਢਣ ਵਾਲੇ? ਸਾਡਾ ਜਿੰਨਾ ਐਕਸਪੀਰੀਅੰਸ ਆ ਓਨੀ ਇਹਨਾਂ ਦੀ ਉਮਰ ਨੇ। ਅਕਾਲੀ ਦਲ ਤੇ ਨਾ ਜਾਣੇ ਕਿਹੜੀ ਸਾੜ ਸਤੀ ਆ ਗਈ ਹੈ। ਅਕਾਲੀ ਦਲ ਦੀਆਂ ਮੁਸ਼ਕਲਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਅਕਾਲੀ ਦਲ ਦੇ ਮੁੱਢ ਮੰਨੇ ਜਾਂਦੇ ਸੇਵਾ ਸਿੰਘ ਸੇਖਵਾ ਨੇ ਵੀ ਆਪਣੇ ਸਾਰੇ ਅਹੁਦੇ ਛੱਡ ਦਿੱਤੇ। ਸੇਵਾ ਸਿੰਘ ਨੂੰ ਅਕਾਲੀ ਦਲ ਦੀ ਕਈ ਦਸ਼ਕਾਂ ਤੱਕ ਸੇਵਾ ਕਰਨ ਦਾ ਫਲ ਮਿਲਿਆ ਜਾਂ ਨਹੀਂ, ਪਰ ਅਕਾਲੀ ਦਲ ਦਾ ਵਿਰੋਧ ਕਰਨ ਦਾ ਫਲ ਉਹਨਾਂ ਨੂੰ ਕੁਝ ਘੰਟਿਆਂ 'ਚ ਮਿਲ ਗਿਆ। ਦਰਅਸਲ ਅੱਜ ਸੇਵਾ ਸਿੰਘ ਸੇਖਵਾ ਨੇ ਗੁਰਦਾਸਪੁਰ 'ਚ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਅਹੁਦੇ ਛੱਡ ਦਿੱਤੇ। ਸੇਵਾ ਸਿੰਘ ਸੇਖਵਾ ਨੇ ਨਾ ਸਿਰਫ ਅਕਾਲੀ ਦਲ ਦੇ ਅਹੁਦੇ ਛੱਡੇ ਬਲਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਜੰਮ ਕੇ ਬੋਲੇ। ਬਸ ਇਸੇ ਗੱਲ ਦੇ ਚੱਲਦਿਆਂ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ 2 ਘੰਟਿਆਂ ਦੇ ਅੰਦਰ ਹੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਫਿਰ ਕੀ ਸੀ, ਸੇਵਾ ਸਿੰਘ ਸੇਖਵਾ ਹੋਰ ਤਲਕ ਹੋ ਗਏ। ਤੁਸੀਂ ਸੁਣੋ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੀ ਕਿਹਾ। ਇਸ ਤੋਂ ਬਾਅਦ 'ਚ ਸੁਣੋ ਕਿ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਤੇ ਫਿਰ ਉਹ ਕੀ ਬੋਲੇ। ਮੈਂ ਅੱਜ ਜੋ ਪਿਛਲੇ ਦਿਨਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਜ਼ਿਲ੍ਹੇ ਗੁਰਦਾਸਪੁਰ ਵਿੱਚ ਅਤੇ ਮੇਰੇ ਹਲਕੇ ਕਾਦੀਆਂ 'ਚ ਜਿਹੜੇ ਛੋਟੇ ਛੋਟੇ ਵਰਕਰ ਨੇ, ਉਹਨਾਂ ਕੋਲੋਂ ਇਹ ਮੰਗ ਕਰਵਾ ਰਹੇ ਸੀ ਕਿ ਇਹਦਾ ਅਸਤੀਫਾ ਲਿਆ ਜਾਵੇ, ਇਹਨੂੰ ਪਾਰਟੀ 'ਚੋਂ ਕੱਢਿਆ ਜਾਵੇ। ਅਤੇ ਮੇਰੇ ਕੋਲ ਜਿਹੜੇ 2 ਅਹੁਦੇ ਨੇ ਉਹਨਾਂ ਦੀਆਂ ਪਿਛਲੇ ਦਿਨਾਂ ਵਿੱਚ ਮੀਟਿੰਗਾਂ ਵੀ ਹੋਈਆਂ, ਲੇਕਿਨ ਮੈਨੂੰ ਉਹਨਾਂ ਮੀਟਿੰਗਾਂ ਵਿੱਚ ਬਿਲਕੁਲ ਬੁਲਾਇਆ ਨਹੀਂ ਗਿਆ। ਜੇਕਰ ਪਾਰਟੀ ਦਾ ਪ੍ਰਧਾਨ ਹੀ ਨਾ ਚਾਹੁੰਦਾ ਹੋਵੇ ਕਿ ਕੋਈ ਦੂਸਰਾ ਪਾਰਟੀ ਵਿੱਚ ਕੰਮ ਕਰੇ, ਤਾਂ ਫਿਰ ਉਹ ਉਸ ਪਾਰਟੀ ਵਿੱਚ ਕਿਵੇਂ ਕੰਮ ਕਰ ਸਕਦਾ? ਜੋ ਕੁਝ ਪਿਛਲੇ ਸਮੇਂ 'ਚ ਹੋਇਆ, ਸੌਦੇ ਸਾਧ ਨੂੰ ਮਾਫ਼ੀ ਦੇਣੀ, ਵਾਪਸ ਲੈਣੀ, ਬਰਗਾੜੀ ਦਾ ਕਾਂਡ, ਸੌਦੇ ਸਾਧ ਤੋਂ ਇਲੈਕਸ਼ਨ ਵਿੱਚ ਮਦਦ ਲੈਣੀ, ਗੁਰੂ ਮਹਾਰਾਜ ਦੀ ਬੇਅਦਬੀ ਹੋਣੀ, ਅਤੇ ਜਿਸ ਢੰਗ ਨਾਲ ਪੂਰ ਅਮਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ 'ਤੇ ਅਕਾਲੀ ਸਰਕਾਰ ਵੱਲੋਂ ਗੋਲੀਆਂ ਚਲਾਉਣੀਆਂ, ਡਾਂਗਾਂ ਚਲਾਉਣੀਆਂ, ਸੈਂਕੜੇ ਜ਼ਖਮੀ ਕਰਨੇ ਅਤੇ 2 ਸਿੰਘ ਸ਼ਹੀਦ ਕਰ ਦੇਣੇ, ਫਿਰ ਅਕਾਲੀ ਸਰਕਾਰ ਵੇਲੇ ਇਹਨਾਂ ਸਾਰੇ ਦੋਖੀਆਂ 'ਤੇ ਕੋਈ ਕਾਰਵਾਈ ਨਾ ਹੋਣੀ, ਇਹਨਾਂ ਸਾਰੀਆਂ ਗੱਲਾਂ ਕਰਕੇ ਅੱਜ ਮੈਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਲੇਕਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਬਤੌਰ ਸਿਪਾਹੀ ਬਣਿਆ ਰਹਾਂਗਾ, ਕਿਉਂਕਿ ਇਹ ਪਾਰਟੀ ਸਾਡੀ ਆਪਣੀ ਪਾਰਟੀ ਆ, ਉਹ ਪਾਰਟੀ ਆ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਪਸੀਨਾ ਪਾਇਆ ਹੋਇਆ। ਮੈਂ ਵੀ ਉਸ ਦਿਨ ਇਸ ਅਕਾਲੀ ਦਲ ਵਿੱਚ ਜੁਆਇਨ ਕੀਤਾ ਸੀ 1990 ਵਿੱਚ, ਜਦੋਂ ਕੋਈ ਅਕਾਲੀ ਅਖਵਾਉਣ ਨੂੰ ਤਿਆਰ ਨਹੀਂ ਸੀ ਅਤੇ ਅਕਾਲੀਆਂ ਨੂੰ ਗੋਲੀਆਂ ਵੱਜਦੀਆਂ ਸਨ, ਲੇਕਿਨ ਮੈਂ ਪੰਥ ਦਾ ਹੁਕਮ ਮੰਨ ਕੇ ਅਕਾਲੀ ਦਲ ਵਿੱਚ ਆਇਆ ਸਾਂ। ਜਿੰਨੀ ਫੁਰਸਤ ਸੀ ਪਰਿਵਾਰ ਸਮੇਤ, ਸਾਥੀਆਂ ਸਮੇਤ ਸੇਵਾ ਕੀਤੀ ਹੈ। ਪਾਰਟੀ ਨੇ ਵੀ ਬੜਾ ਮਾਣ ਸਨਮਾਨ ਦਿੱਤਾ, ਲੇਕਿਨ ਜਿਸ ਢੰਗ ਨਾਲ 5-6 ਸਾਲ ਤੋਂ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਅਤੇ ਜਿਸ ਅਵਸਥਾ ਵਿੱਚ ਹੁਣ ਅਕਾਲੀ ਦਲ ਅਤੇ ਖਾਲਸਾ ਪੰਥ ਚਲਿਆ ਗਿਆ, ਉਹਦੀਆਂ ਸੰਸਥਾਵਾਂ ਚਲੀਆਂ ਗਈਆਂ ਨੇ, ਉਹਨਾਂ ਦੇ ਪ੍ਰੋਟੈਸਟ ਵਜੋਂ ਮੈਂ ਇਹ ਅਸਤੀਫੇ ਦੇ ਰਿਹਾ ਹਾਂ। ਅਕਾਲੀ ਦਲ ਵਿੱਚ ਸਾਂ ਹਾਂ ਅਤੇ ਆਉਣ ਵਾਲੇ ਸਮੇਂ 'ਚ ਰਵਾਂਗਾ। ਇਹ ਸਾਡੀ ਮੰਗ ਜਿਹੜੀ ਆ ਮੁੱਖ ਤੌਰ 'ਤੇ ਉਹ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਇਹ ਜੋ ਹਾਲਾਤ ਬਣੇ ਨੇ ਇਹਨਾਂ ਵਾਸਤੇ ਜ਼ਿੰਮੇਵਾਰ ਨੇ, ਉਹ ਸਟੈਪ ਡਾਊਨ ਹੋਣ, ਉਹ ਇਸ ਅਗਵਾਈ ਤੋਂ ਲਾਂਭੇ ਹੋਣ ਅਤੇ ਕਿਸੇ ਯੋਗ ਵਿਅਕਤੀ ਨੂੰ ਇਹ ਅਗਵਾਈ ਦੇਣ ਜਿਹੜਾ ਖਾਲਸਾ ਪੰਥ ਦਾ ਏਜੰਡਾ
धारण कर सके तो उन्हें लागू कर दी समर्था रखता हो। इस करके साड़ी ये जिहड़ी मंग आ ये जिन्ना चिर मंगी नहीं जाती मनी नहीं जाती उन्ना चिर असी ये संघर्ष जिहड़ा जारी रखा। कोई गल नहीं, ये उन्हां दी मर्जी आ, जे ओह ये समझदे आ कि असी इन दी अकाली दल च होंद नहीं रखनी, मैं उन्हां करके अकाली नहीं, जिहड़े कढ़न वाले आ मैं अकाली हाँ, अकाली रहूंगा, हर मेरा रोम रोम अकाली दल च आ, ते जिन्ना चिर मेरे च सुआस ने उन्ना चिर मैं अकाली दल च रहूंगा। ये चीमा तो मेरा ही चेला आ, ये चीमा कौन आ मैनू पार्टी चो कढ़न वाला, ये सुखबीर नू बनाउण वाले असी हाँ, ये कौन आ सानू पार्टी चो कढ़न वाले, जिन्ना जिनी इन्हां दा एक्सपीरियंस साडा जिन्ना एक्सपीरियंस आ उन्नी इन्हां दी उम्र नहीं, इस करके ये नहीं सानू अकाली दल चो कढ़ सकदे। एक वक्त आएगा लोग इन्हां नू अकाली दल चो कढ़णगे, क्योंकि असी जिहड़ा मिशन लैके चले आ साडा मिशन ठीक आ, साडा अकाली दल आ, असी अकाली दल नू होर मजबूत करांगे और चंगे बंदे अकाली दल च गाड़ी लैके आवांगे, ते जिन्हां दी वजह करके अकाली दल दा ये हशर होया ਉਹਨਾਂ ਨੂੰ ਅਕਾਲੀ ਦਲ ਚੋਂ ਕੱਢਾਂਗੇ। ਤੁਸੀਂ ਨਵੀਂ ਪਾਰਟੀ ਬਣਾਓਗੇ ਜਾਂ ਸ਼ਾਮਲ ਕਿਸੇ ਪਾਰਟੀ ਚ ਤੁਹਾਨੂੰ ਤਾਂ ਖਾਸ ਕਰ ਦੇਣਾ। ਇਹੋ ਹੀ ਪਾਰਟੀ ਸਾਡੀ ਪਾਰਟੀ ਆ, ਉਹਨਾਂ ਦੇ ਕਹਿਣ ਨਾਲ ਹੀ ਪਾਰਟੀ ਤੋਂ ਲਾਂਭੇ ਨਹੀਂ ਹੋਏ। ਸਿੰਘਵਾ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਤੁਸੀਂ ਮੰਗ ਕਰੋ ਕਿ ਲੈਟਰ ਦਿਓ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਕੁਛ ਇਹਨਾਂ ਪਿੱਛੇ ਕੀਤਾ। ਬਿਲਕੁਲ, ਜੇ ਇਹਨਾਂ ਨੇ ਕੋਈ ਗੁਨਾਹ ਕੀਤਾ ਸਾਡੇ ਨੋਟਿਸ ਵਿੱਚ ਆਇਆ ਜ਼ਰੂਰ ਅਕਾਲ ਤਖਤ ਸਾਹਿਬ ਜਾਵਾਂਗੇ। ਜਦੋਂ ਉਹਦਾ ਕੋਈ ਫੈਸਲਾ ਆਉਂਦਾ ਫਿਰ ਇਹਦੇ ਤੇ ਵਿਚਾਰ ਕਰਾਂਗੇ।